सत श्री अकाल जी सब लोगों को। तुम्हें सानू दस्सिया असी अपने आइडियाज़ चेंज करिए, गैट मोर मोर डीप इन टू द गुरु ग्रंथ साहब एंड ऑल द अदर डिफरेंट डिफरेंट टॉक्स। साडा अगर आइडिया चेंज हो जाएगा तो साडे परिवार का चेंज नहीं होएगा। देयर विल बी मोर रिफ्ट, देयर विल बी मोर फाइट्स, देयर विल बी मोर प्रॉब्लम्स फॉर द फैमिली एंड वेयर विल बी गो देन। Husband will have different ideas, we will have different ideas, children will have different ideas, because everybody will be having different thinking. Where will we come to end? How will we compromise with the family? How will we run the family in a peaceful way that way? Tada ki na hai? Mrs. Varsha Singh. Oh, Mrs. Varsha ji, tada question bahut vadiya hai, te really applicable hai. ਜਦੋਂ ਅਸੀਂ ਬਾਣੀ ਪੜ੍ਹ ਕੇ ਆਪਣੇ 'ਤੇ ਅਪਲਾਈ ਕਰਕੇ ਚੇਂਜ ਹੋਵਾਂਗੇ, ਸਾਡੇ ਘਰ ਦੀ ਪ੍ਰੋਬਲਮ ਕੱਟੇਗੀ। ਫੋਰ ਐਗਜ਼ਾਮਪਲ, ਬਾਣੀ ਮਨ ਸਿਖਾ ਰਹੀ ਹੈ, ਨਾਨਕ ਫਿੱਕੇ ਬੋਲਿਆ ਤਨ ਮਨ ਫਿੱਕਾ ਹੋਏ, ਤਾਂ ਮੈਂ ਫਿੱਕਾ ਨਹੀਂ ਬੋਲਾਂਗਾ, ਆਪਣੇ 'ਤੇ ਅਪਲਾਈ ਕਰਾਂਗਾ। ਪਰ ਮੈਂ ਆਪਣੀ ਵਾਈਫ ਦੇ ਨਾਲ ਜਾਂ ਆਪਣੀ ਮਦਰ ਦੇ ਨਾਲ ਜਾਂ ਆਪਣੇ ਬੱਚਿਆਂ ਦੇ ਨਾਲ ਫਿੱਕਾ ਬੋਲਦਾ ਹਾਂ, ਤਾਂ ਜਦੋਂ ਮੈਂ ਫਿੱਕਾ ਨਹੀਂ ਬੋਲਾਂਗਾ, ਪ੍ਰੋਬਲਮ ਵਧੇਗੀ ਕਿ ਘਟੇਗੀ? ਤੁਸੀਂ ਤਿੱਖਾ ਨਹੀਂ ਬੋਲੋਗੇ, ਲੇਕਿਨ ਦੇ ਕੈਨ ਡਿਫਰੈਂਟ ਨਾ, ਦੇ ਕੈਨ ਡਿਫਰੈਂਟ ਓਪੀਨੀਅਨ ਓਨ ਦਾ ਸਬਜੈਕਟ। ਹਾਂਜੀ, ਉਹ ਜ਼ਿਆਦਾ ਤੋਂ ਜ਼ਿਆਦਾ ਇਹ ਕਹਿਣਗੇ, ਬੜਾ ਚੁੱਪ ਕਰ ਗਈ ਹੈ, ਬੋਲਦੀ ਨਹੀਂ ਅੱਗੋਂ, ਇੰਨਾ ਹੀ ਕਹਿਣਗੇ ਨਾ। ਪਰ ਇੱਕ ਚੁੱਪ ਸੋ ਸੁੱਖ, ਕਹਿਣ ਤੋਂ ਭਾਵ ਇਹ ਹੋਇਆ, ਜਿਤਨਾ ਅਸੀਂ ਚੇਂਜ ਹੋਵਾਂਗੇ, ਉਹਦੇ ਅਗੇਂਸਟ ਕੋਈ ਗਰੰਟੀ ਨਹੀਂ ਹੈ ਕਿ ਦੂਜੇ ਚੇਂਜ ਹੋਣ। ਉਹ ਚੇਂਜ ਨਹੀਂ ਹੋਣਗੇ, ਦੇਰ ਵਿਲ ਬੀ ਡਿਫਰੈਂਸ ਓਪੀਨੀਅਨ, ਦੇਰ ਵਿਲ ਬੀ ਫਾਈਟ, ਰੈਗੂਲਰ ਫਾਈਟ ਬਿਟਵੀਨ ਦ ਫੈਮਿਲੀ। ਹਾਂ, ਪਰ ਸਾਨੂੰ ਅੰਦਰੋਂ ਪਤਾ ਲੱਗ ਜਾਏਗਾ, ਆਈ ਐਮ ਐਟ ਰਾਈਟ ਪਾਥ ਨਾਓ। ਯੂ ਆਰ ਪੀਸਫੁਲ, ਦ ਫੈਮਿਲੀ ਇਜ਼ ਨਾਟ ਪੀਸਫੁਲ ਨਾ, ਦ ਫੈਮਿਲੀ ਹੈਜ਼ ਪ੍ਰੋਬਲਮ। ਫੈਮਿਲੀ ਨਹੀਂ, ਥਿੰਕਿੰਗ ਫੈਮਿਲੀ ਨਹੀਂ ਚੇਂਜ ਹੋਏਗੀ। ਪਰ ਅਸੀਂ ਕਾਉਂਸਲਿੰਗ ਕਰਦੇ ਹਾਂ ਵਰਲਡ ਵਾਈਡ, ਸੋ ਇੱਕ ਮੇਰੀ ਭੈਣ ਕਿਸੇ ਹੋਰ ਸਿਟੀ ਤੋਂ ਆਈ, ਔਰ ਉਹ ਕਾਉਂਸਲਿੰਗ ਕਰਾਉਣ ਆਈ। ਕਾਉਂਸਲਿੰਗ ਕਰਾਉਣ ਤੋਂ ਬਾਅਦ ਕਹਿੰਦੀ ਹੈ ਕਿ ਤੁਸੀਂ ਕਹਿੰਦੇ ਹੋ ਵੀ ਮੇਰੀ ਸੱਸ ਦੇ ਨਾਲ ਨਹੀਂ ਬਣਦੀ, ਅਤੇ ਮੈਨੂੰ ਮਿੱਠਾ ਬੋਲਣਾ ਚਾਹੀਦਾ, ਪਰ ਕੀ ਗਰੰਟੀ ਹੈ ਕਿ ਮੇਰੀ ਸੱਸ ਚੇਂਜ ਹੋ ਜਾਏਗੀ? ਤਾਂ ਮੈਂ ਉਹਨੂੰ ਰਿਕੁਐਸਟ ਕੀਤੀ, ਕੋਈ ਗਰੰਟੀ ਨਹੀਂ ਹੈ ਕਿ ਤੁਹਾਡੀ ਸੱਸ ਚੇਂਜ ਹੋ ਜਾਏਗੀ, ਤੁਸੀਂ ਸਿਰਫ ਮਿੱਠਾ ਬੋਲਣਾ ਸ਼ੁਰੂ ਕਰੋ। ਲੱਕੀਲੀ ਆਫਟਰ 4 ਮੰਥਸ ਸੱਸ ਕਾਲਡ ਮੀ, ਕਿ ਤੁਹਾਡੇ ਕੋਲੋਂ ਕਿਹੜੀ ਕੁੱਟੀ ਪੀ ਕੇ ਆਈ ਹੈ ਕਿ ਮਿੱਠਾ ਬੋਲਦੀ ਹੈ, ਹੁਣ ਲੜਦੀ ਨਹੀਂ ਹੈ? ਅਤੇ ਮੈਂ ਵੀ ਮਜਬੂਰ ਹੋ ਗਈ ਹਾਂ, ਹੁਣ ਮੇਰਾ ਦਿਲ ਨਹੀਂ ਕਰਦਾ ਇਹਨੂੰ ਗੁੱਸਾ ਕਰਨ 'ਤੇ। ਦੈਟ ਮਿਰੇਕਲ ਕੈਨ ਹੈਪਨ, ਦੈਟ ਵਿਲ ਆਲਵੇਜ਼ ਹੈਪਨ। ਆਈ ਸੀ ਇਟ ਵਿਦ ਮਾਈ ਫੈਮਿਲੀ, ਵੈਨ ਆਈ ਥਿੰਕ ਅ ਡਿਫਰੈਂਟ ਵੇ ਵਿਦ ਮਾਈ ਫੈਮਿਲੀ, ਦੈਨ ਦੇ ਹੈਵ ਦ ਪ੍ਰੋਬਲਮ। ਹਾਂਜੀ, ਇਨ ਐਵਰੀ ਕਸਟਮ, ਇਨ ਐਵਰੀ ਵੇ ਆਫ ਵਰਕਿੰਗ, ਦੇ ਹੈਵ ਡਿਫਰੈਂਟ ਆਈਡੀਆਜ਼, ਹੈਵ ਡਿਫਰੈਂਟ ਆਈਡੀਆਜ਼। ਆਈ ਗੋ ਵਿਦ ਮਾਈ ਕਸਟਮ, ਦੇ ਗੋ ਵਿਦ ਦੇਅਰ ਕਸਟਮਸ। ਹਾਂ, ਜਿਹੜਾ ਐਟੀਟਿਊਡ ਹੈ ਨਾ, ਐਟੀਟਿਊਡ ਹੈਜ਼ ਨਥਿੰਗ ਟੂ ਡੂ ਵਿਦ ਡਿਫਰੈਂਟ ਆਈਡੀਆ। ਐਟੀਟਿਊਡ ਅਸੀਂ ਬਾਣੀ ਦਾ ਵਿੱਚੋਂ ਸਤਿਗੁਰ ਦਾ ਮੈਂ ਨਾ ਇਹੀ ਓ ਕੱਢਿਆ ਕਿ ਪੂਰੇ ਵਰਲਡ ਵਿੱਚ ਉਹ ਸਾਰਿਆਂ 'ਤੇ ਇਕੁਅਲੀ ਐਪਲੀਕੇਬਲ ਹੁੰਦੇ ਨੇ, ਉਹ ਫਿਰ ਆਪਣਾ ਥਾਟ ਪ੍ਰੋਸੈਸ ਅਲੱਗ ਨਹੀਂ ਰਹੇਗਾ ਪੂਰੀ ਦੁਨੀਆ ਵਿੱਚ। ਫੋਰ ਐਗਜ਼ਾਮਪਲ, ਮੈਂ ਗੁੱਸਾ ਕਰ ਨੋ ਪੀਸ ਨਾ, ਆਈ ਹੈਵ ਡਿਫਰੈਂਟ ਥਿੰਕਿੰਗ, ਯੂ ਹੈਵ ਡਿਫਰੈਂਟ ਥਿੰਕ, ਦ ਫੈਮਿਲੀ ਵਿਲ ਹੈਵ ਡਿਫਰੈਂਟ ਥਿੰਕਿੰਗ, ਦੈਨ ਯੂ ਵਿਲ ਹੈਵ ਆਲਵੇਜ਼ ਦ ਪ੍ਰੋਬਲਮਸ, ਦ ਡਿਸਕਸ਼ਨਸ, ਦ ਬੈਕ ਬਾਈਟਿੰਗਸ, ਐਂਡ ਦੇਰ ਵਿਲ ਬੀ ਡਿਫਰੈਂਸ ਐਂਡ ਦੇਰ ਵਿਲ ਲੋਟ ਆਫ ਪ੍ਰੋਬਲਮਸ। ਜਦੋਂ ਉਹ ਬੈਕ ਬਾਈਟਿੰਗ ਕਰਨਗੇ ਔਰ ਉਹ ਕ੍ਰੋਧ ਕਰਨਗੇ, ਔਰ ਤੁਸੀਂ ਬਾਣੀ 'ਚੋਂ ਪੜੋਗੇ ਫਰੀਦ ਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਤਾਂ ਤੁਸੀਂ ਗੁੱਸਾ ਨਹੀਂ ਕਰੋਗੇ, ਹੁਣ ਉਹ ਤੁਹਾਨੂੰ ਕੀ ਕਹਿਣਗੇ, ਤੇਰਾ ਥਾਟ ਪ੍ਰੋਸੈਸ ਚੇਂਜ ਹੋ ਗਿਆ? ਇਹ ਤੁਹਾਨੂੰ ਜਦੋਂ ਮਜਬੂਰ ਕਰਨਗੇ ਤਾਂ ਤੁਸੀਂ ਆਪਣੇ ਆਪ ਨੂੰ ਕਹਿਣਾ, ਸੰਤ ਨਾ ਛਾਡੇ ਸੰਤ, ਇਹ ਜੇ ਕੋਟਕ ਮਿਲਿਆ ਸੰਤ, ਮੈਂ ਤੁਸੀਂ ਟਿਟ ਫੋਰ ਟੈਟ ਕਰ ਸਕਦੇ ਹੋ, ਪਰ ਮੈਂ ਰਿਟੈਲੀਏਟ ਨਹੀਂ ਕਰ ਸਕਦੀ। ਪਹਿਲਾਂ ਮੈਂ ਰਿਟੈਲੀਏਟ ਕਰਦੀ ਸੀ, ਮੈਨੂੰ ਸਮਝ ਨਹੀਂ ਸੀ, ਆਈ ਵਾਜ਼ ਇਗਨੋਰੈਂਟ, ਨਾਓ ਆਈ ਨੋ ਕਿ ਇਹਦੇ ਰਿਪਰਕੇਸ਼ਨਸ ਕੀ ਹੁੰਦੇ ਨੇ। ਮੇਰਾ ਸਾਰਾ ਦਿਨ ਸਿਰ ਦਰਦ ਰਹਿੰਦਾ, ਮੇਰੀਆਂ ਭਾਵਾਂ ਚੜੀਆਂ ਰਹਿੰਦੀਆਂ, ਮੈਂ ਡਿਸਟਰਬ ਰਹਿੰਦੀ ਹਾਂ। ਹੁਣ ਮੈਂ ਸੋਚਿਆ ਕਿ ਮੈਂ ਤੁਹਾਡੇ ਨਾਲ ਜਵਾਬ ਤਲਬੀ ਨਹੀਂ ਕਰਨੀ, ਮੈਂ ਤੁਹਾਡੇ ਨਾਲ ਕ੍ਰੋਧ ਨਹੀਂ ਕਰਨਾ। ਤੁਹਾਡੀ ਹੁਣ ਸੁਣਨ ਦੇ ਬਾਅਦ ਮੈਂ ਆਲ ਗੋ ਮੋਰ ਡੀਪ ਇਨ ਟੂ ਆਲ ਦੀ ਸਬਜੈਕਟਸ, ਮਾਈ ਆਈਡੀਆਜ਼ ਵਿਲ ਬੀ ਚੇਂਜਿੰਗ ਲਿਟਲ ਬਿਟ ਮੋਰ ਦੈਨ ਵਾਟ ਇਜ਼ ਚੇਂਜ ਸੋ ਫਾਰ, ਦੈਨ ਦੇਰ ਵਿਲ ਬੀ ਮੋਰ ਡਿਸਕਸ਼ਨਸ, ਦੇਰ ਵਿਲ ਬੀ ਮੋਰ ਡਿਸਕਸ਼ਨਸ, ਐਂਡ ਦੇਰ ਵਿਲ ਬੀ ਮੋਰ ਡਿਫਰੈਂਸ ਓਪੀਨੀਅਨ ਇਨ ਦਾ ਫੈਮਿਲੀਜ਼। ਹਾਊ ਵਿਲ ਆਈ ਕੰਟਰੋਲ ਦੋਸ ਫੈਮਿਲੀਜ਼? ਵਰਸ਼ਾ ਜੀ, ਤੁਸੀਂ ਮੈਨੂੰ ਬਿਲਕੁਲ ਸਹੀ ਕੁਐਸਚਨਸ ਪੁੱਛ ਰਹੇ ਹੋ, ਪਰ ਬਾਰ ਬਾਰ ਤੁਸੀਂ ਜਿਹੜਾ ਕਹਿ ਰਹੇ ਹੋ ਡਿਫਰੈਂਸ ਆਫ ਓਪੀਨੀਅਨ, ਮੈਂ ਤੁਹਾਨੂੰ ਡਿਫਰੈਂਸ ਆਫ ਓਪੀਨੀਅਨ ਤੋਂ ਸ਼ਿਫਟ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਜਦੋਂ ਤੁਹਾਨੂੰ ਕੋਈ ਵੀ ਦੁਨੀਆ ਵਿੱਚ ਬੰਦਾ ਕ੍ਰੋਧ ਕਰਦਾ ਹੈ
तो उन्होंने डॉक्टर पूरी दुनिया में एलोपैथी डॉक्टर कहेगा आपका एड्रेनल लेवल अप हो गया है, आपका बीपी हाई हो गया है, आप क्रोध मत करो, आप हाइपर मत हो, एंड डिफरेंस ऑफ ओपिनियन है, ये रियलिटी है। आई ट्राई टू डू दैट। वर्षा जी प्लीज दसो ना, वर्षा जी तुसी ए प्रधान साहब दे माँ जी हो, मेरे भी माँ जी हो, तुसी मनु ऐ दसो क्रोध जदो चढ़िया बीपी जदो हाई हो, जनरली क्रोध नहीं आंदा मेनू, नहीं बहुत अच्छी गल है, पर क्वेश्चन दा आंसर ते असी बनाइए ना कि ए डिफरेंस ऑफ ओपिनियन है या एटीट्यूड दी गल चल रही है। इट्स कैन बी बोथ वेज, डिफरेंस ऑफ ओपिनियन नहीं, ए डिफरेंस ऑफ ओपिनियन नहीं है। डॉक्टर जदो कह रहा तुहाडा एड्रेनलिन लेवल अप होया, बीपी हाई हो गया, नब्ज तेज चल रही है, वह तो मेडिकली उहदी चल ही रही है ना। पेशेंट वास्ते ए डायग्नोस जदों कीता गया और पेशेंट ने अपना भला समझ के क्रोध नू छोड़ दिता, तो यूनिवर्सली एप्लीकेबल मैसेज होया ना, इनू सतगुर कहिंदे ने। सो सतगुर दे नाल जदों असी जुड़दे हाँ, वो डिफरेंस ऑफ ओपीनियन नहीं रहिंदा, उस साडा एटीट्यूड चेंज करता है। अपना भी करना ते बाकी परिवार का भी तो करना पेगा ना, तो वहाँ पीसफुल बैठेगा ना परिवार मेरा अपना। देखो देखो वर्षा जी, मैं एक पत्नी होवा और मनु प्यास लगे तो मैं पानी पियांगी, पर मैं अपने पति नु गुद्दी पकड़ के नहीं कहंगी तुसी भी जरूर पियो, पीना पेगा, नहीं मैं पी लिया, मेरी प्यास बुझ गई है, तुहानू जो तो लगेगी पी लेना, वेरी सिंपल।